ਕਮੇਟੀ ਵੱਲੋਂ ਅਤੇ ਸਾਰੇ ਸਟਾਫ ਵੱਲੋਂ ਜਿਹੜਾ ਅੱਜ ਦਾ ਫੰਕਸ਼ਨ ਔਰਗਨਾਈਜ਼ ਕੀਤਾ। ਔਰ ਇਹ ਬਿਲਡਿੰਗ ਵੀ ਅਸੀਂ ਸਾਰਿਆਂ ਨੇ ਅੱਜ ਦਾ ਸਾਡੇ ਇਲਾਕੇ ਦਾ ਸਰਹੰਦ ਦਾ ਸਭ ਤੋਂ ਪੁਰਾਣੇ ਸਕੂਲਾਂ ਵਿੱਚੋਂ ਇੱਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਨਵੀਂ ਬਿਲਡਿੰਗ ਹੈ ਜਿਹੜੀ ਉਹ ਬਣਾਉਣ ਦਾ ਨੀਂਹ ਪੱਥਰ ਰੱਖਿਆ ਸੀਗਾ। ਇਸ ਨੀਂਹ ਪੱਥਰ ਦੇ ਰੱਖਣ ਨਾਲ ਜਿਹੜੀ ਸਕੂਲ ਦੀ ਤਰੱਕੀ ਦੇ ਵਾਸਤੇ ਬਹੁਤ ਵਧੀਆ, ਪਹਿਲਾਂ ਵੀ ਖੈਰ ਜੋ ਬਿਲਡਿੰਗ ਬਣੀ ਹੈ ਇਹ ਪੁਰਾਣੀ ਬਿਲਡਿੰਗਾਂ ਦੇ ਵਿੱਚੋਂ ਸੀ ਜਿਹੜੀ ਢਾਈ ਹੈ, ਪਰ ਹੁਣ ਇਹ ਨਵੀਂ ਬਿਲਡਿੰਗ ਬਣਾਉਣ ਵਾਸਤੇ ਨੀਂਹ ਪੱਥਰ ਰੱਖਿਆ। ਅੱਜ ਸਾਡੇ ਇੱਥੋਂ ਦੇ ਵਾਈਸ ਪ੍ਰਿੰਸੀਪਲ ਨੇ ਸਰ ਮਲਕੀਤ ਸਿੰਘ, ਪ੍ਰਧਾਨ ਜੀ ਨੇ ਸਰ ਬੂਟਾ ਸਿੰਘ ਹੋਣੀ ਅਤੇ ਬਾਕੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਆਏ ਸੀਗੇ। ਸਾਰਿਆਂ ਨੇ ਜਿਹੜਾ ਫੰਡ ਕੁਛ ਇਕੱਤਰ ਕੀਤਾ ਅਤੇ ਮੈਂ ਆਪ ਜੀ ਦੇ ਰਾਹੀਂ ਅਪੀਲ ਇਹ ਕਰਨੀ ਚਾਹੁੰਦਾ ਕਿ ਸਕੂਲ ਦੇ ਵਿੱਚ ਨਵੀਂ ਬਿਲਡਿੰਗ ਦੇ ਵਾਸਤੇ ਜੋ ਵੀ ਕੋਈ ਇਲਾਕੇ ਦੇ ਸਾਡੇ ਲੋਕ ਦਾਨੀ ਸੱਜਣ ਨੇ ਉਹ ਸਾਰੇ ਆ ਕੇ ਵੱਧ ਤੋਂ ਵੱਧ ਇੱਥੇ ਦਾਨ ਕਰਕੇ ਦੇਣ। ਜਿਹਨੇ ਕਿਸੇ ਨੇ ਸੀਮੈਂਟ ਸਰੀਆ ਅਤੇ ਹੋਰ ਸਾਰਾ ਕੁਝ ਕੋਈ ਵੀ ਕਿਸੇ ਵੀ ਰੂਪ ਦੇ ਵਿੱਚ ਦਾਨ ਕਰਨਾ ਉਹ ਸਕੂਲ ਨੂੰ ਕਰ ਸਕਦੇ ਨੇ। ਮੈਂ ਬਹੁਤ ਧੰਨਵਾਦ ਕਰਦਾ ਸਕੂਲ ਦੀ ਮੈਨੇਜਮੈਂਟ ਕਮੇਟੀ ਦਾ, ਪ੍ਰਧਾਨ ਜੀ ਸਰ ਬੂਟਾ ਸਿੰਘ ਉਹਨਾਂ ਦਾ, ਵਾਈਸ ਪ੍ਰਿੰਸੀਪਲ ਮਲਕੀਤ ਸਿੰਘ ਮੇਰੇ ਨਾਲ ਨੇ ਅਤੇ ਬਾਕੀ ਸਾਰੇ ਸਟੂਡੈਂਟ ਅਤੇ ਸਟਾਫ ਦਾ ਜਿਹੜੇ ਮਿਹਨਤ ਕਰਕੇ ਇਸ ਇਲਾਕੇ ਦੇ ਵਿੱਚੋਂ ਬਹੁਤ ਘੱਟ ਤਨਖਾਹ 'ਤੇ ਤਨਖਾਹ ਲੈ ਕੇ ਸਾਰਾ ਸਟਾਫ ਹੈ ਜਿਹੜਾ ਬੱਚਿਆਂ ਨੂੰ ਪੜ੍ਹਾਈ ਕਰਾਉਂਦਾ। ਬਹੁਤ ਬਹੁਤ ਧੰਨਵਾਦ ਸਾਹਿਬ। ਸਰਕਾਰ ਵੱਲੋਂ ਵੀ ਕੋਈ ਮਦਦ ਵਗੈਰਾ ਜਿਵੇਂ ਇਹ ਸਕੂਲ ਨੂੰ ਨਹੀਂ ਕੀਤੀ ਜਾਂਦੀ ਅਤੇ ਕੋਈ ਕਿਸੇ ਤਿਆਰੀ ਕੋਟੇ 'ਚ ਆ ਕੇ ਦੇਣ ਦੀ ਕੋਸ਼ਿਸ਼ ਕਰੋਗੇ? ਐਜ਼ ਪਰ ਰੂਲ ਜੋ ਹੋ ਸਕਦਾ ਹੋਊਗਾ ਮੈਂ ਜ਼ਰੂਰ ਐਜੂਕੇਸ਼ਨ ਮਿਨਿਸਟਰ ਨਾਲ ਗੱਲ ਕਰਕੇ ਉਹ ਕਰੂੰਗਾ ਜੀ, ਮਿਹਨਤ ਕਰਕੇ ਜਾ ਦੂੰ। ਹਾਂਜੀ, ਅੱਜ ਸਕੂਲ ਦੀ ਸਮੂਹ ਮੈਨੇਜਮੈਂਟ ਕਮੇਟੀ, ਸਾਰੇ ਮੈਂਬਰ ਸਾਹਿਬਾਨ ਅਤੇ ਸਕੂਲ ਦਾ ਸਟਾਫ, ਟੀਚਰ ਸਾਹਿਬਾਨ ਅਤੇ ਸਾਰਿਆਂ ਵੱਲੋਂ ਅਤੇ ਖਾਸ ਕਰਕੇ ਜਿਹੜੇ ਇੱਥੋਂ ਦੇ ਪੜ੍ਹਨ ਵਾਲੇ ਬੱਚੇ ਨੇ ਸਾਰਿਆਂ ਨੇ ਰਲ ਮਿਲ ਕੇ ਇੱਕ ਉਪਰਾਲਾ ਕੀਤਾ ਜਿਹਦੇ ਵਿੱਚ ਅਸੀਂ ਜਿਹੜੇ ਬੱਚਿਆਂ ਵਾਸਤੇ ਇੱਕ ਨਵੀਂ ਬਿਲਡਿੰਗ ਸਟਾਰਟ ਕਰ ਰਹੇ ਹਾਂ ਉਹਦਾ ਨੀਂਹ ਪੱਥਰ ਦਾ ਸਮਾਗਮ ਸੀ ਅੱਜ, ਜਿਹਦੇ ਸੰਬੰਧ ਵਿੱਚ ਸਾਰੇ ਸਰਕਾਰ ਨਾਲ ਸੰਬੰਧਿਤ ਅਤੇ ਜਿਹੜੇ ਸਕੂਲ ਨਾਲ ਲੱਗਦੇ ਨੇ ਉਹਨਾਂ ਤੋਂ ਪ੍ਰਿੰਸੀਪਲ ਸਾਹਿਬ ਸਭ ਨੇ ਆਪਣੀ ਹਾਜ਼ਰੀ ਲਵਾਈ ਹੈ। ਸਭ ਨੇ ਰਲ ਕੇ ਸਕੂਲ ਵਾਲਿਆਂ ਨੂੰ, ਕਮੇਟੀ ਨੂੰ ਮੁਬਾਰਕਬਾਦ ਦਿੱਤੀ ਹੈ ਵੀ ਜਿਹੜਾ ਤੁਸੀਂ ਇਹ ਸਾਰਾ ਕਾਰਜ ਸਭ ਨੇ ਆਰੰਭਿਆ ਵੀ ਅਸੀਂ ਜਿਹਦਾ ਜਿੰਨਾ ਬਣਦਾ ਸਹਿਯੋਗ ਹੋਊਗਾ ਉਹ ਸਾਰੇ ਆਪਣਾ ਤਿਲ ਫੁਲ ਪਾ ਕੇ ਇਹ ਕਾਰਜ ਨੂੰ ਸਿਰੇ ਚੜ੍ਹਾਉਣ ਦੇ ਵਿੱਚ ਸਾਡਾ ਸਾਥ ਦੇਣਗੇ। ਤਾਂ ਮੇਰੇ ਵੱਲੋਂ ਸਾਰਿਆਂ ਜਿਹੜਾ ਇੱਥੇ MLA ਸਾਹਿਬ ਨੇ ਆਉਣਾ ਸੀ ਕਿਸੇ ਕਾਰਨ ਬਸ ਉਹਨਾਂ ਤੋਂ ਆਇਆ ਨਹੀਂ ਗਿਆ, ਕੋਈ ਚੰਡੀਗੜ੍ਹ ਮੀਟਿੰਗ ਸੀਗੀ, ਤਾਂ ਨੀਂਹ ਪੱਥਰ ਰੱਖਿਆ ਗਿਆ। ਅੱਜ ਵਧੀਆ ਕਾਰਜ ਦੀ ਸ਼ੁਰੂਆਤ ਹੈ ਤਾਂ ਪਰਮਾਤਮਾ ਦਾ ਆਊਟ ਆਸਰਾ ਲੈ ਕੇ ਸ਼ੁਰੂਆਤ ਕੀਤੀ ਹੈ ਤਾਂ ਉਮੀਦ ਕਰਦੇ ਹਾਂ ਵੀ ਛੇਤੀ ਛੇਤੀ ਬਿਲਡਿੰਗ ਬਣ ਕੇ ਜਿਹਦੇ ਬੱਚਿਆਂ ਦੇ ਭਵਿੱਖ ਵਾਸਤੇ ਫਾਇਦਾ ਹੈ, ਨੋਨ ਮੈਡੀਕਲ ਮੈਡੀਕਲ ਦੀਆਂ ਲੈਬ ਵਗੈਰਾ ਬਣਨੀਆਂ ਨੇ ਜਿਹੜੀ ਬੱਚਿਆਂ ਨੂੰ ਅੱਜ ਕੱਲ੍ਹ ਦੇ ਕੰਪੀਟੀਸ਼ਨ ਦੇ ਜ਼ਮਾਨੇ 'ਚ ਇਹ ਹਰੇਕ ਚੀਜ਼ ਦੀ ਜੋ ਘਾਟ ਸੀ ਉਹਨੂੰ ਸੋਚਦੇ ਹੋਏ ਮੱਦੇਨਜ਼ਰ ਸਾਰੀ ਸਮੂਹ ਸਟਾਫ ਨੇ ਅਤੇ ਮੈਨੇਜਮੈਂਟ ਕਮੇਟੀ ਨੇ ਵਿਚਾਰ ਕੀਤਾ ਵੀ ਇਹ ਬਿਲਡਿੰਗ ਦੀ ਲੋੜ ਹੈ ਤਾਂ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਕਾਰਜ ਆਰੰਭ ਕਰਤਾ ਹੈ। ਬਾਕੀ ਪਰਮਾਤਮਾ ਦੇ ਓਟ ਆਸਰੇ ਨਾਲ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਰਜ ਛੇਤੀ ਸਿਰੇ ਚੜ੍ਹ ਜੂਗਾ। ਖਾਲਸਾ ਸਕੂਲ ਜੋ ਹਮਾਇਆਪੁਰ ਦੇ ਵਿੱਚ ਸੰਨ 1949 ਤੋਂ ਚੱਲ ਰਿਹਾ, ਦਾਨੀ ਸੱਜਣਾ ਨਾਲ ਗੌਰਮੈਂਟ ਏਡਡ ਸਕੂਲ ਹੈ 6ਵੀਂ ਤੋਂ 10ਵੀਂ ਤੱਕ। ਬਹੁਤ ਪੁਰਾਣੀ ਬਿਲਡਿੰਗ ਜਿਹੜੀ ਦਾਨੀ ਸੱਜਣਾ ਵੱਲੋਂ ਪਹਿਲਾਂ ਲਗਭਗ 60 ਸਾਲ ਪੁਰਾਣੀ ਬਿਲਡਿੰਗ ਸੀ, ਉਸ ਦੀ ਥਾਂ 'ਤੇ ਨਵੀਂ ਬਿਲਡਿੰਗ ਬਣਾਉਣ ਦਾ ਉਪਰਾਲਾ ਜਿਹੜਾ ਮੈਨੇਜਮੈਂਟ ਕਮੇਟੀ ਵੱਲੋਂ ਸਾਰੇ ਅਹੁਦੇਦਾਰਾਂ ਵੱਲੋਂ ਆਰੰਭਿਆ ਗਿਆ। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇੱਥੋਂ ਜਿੰਨੇ ਵੀ ਇੱਥੋਂ ਪੜ੍ਹ ਕੇ ਗਏ ਨੇ ਜਾਂ ਇਲਾਕਾ ਨਿਵਾਸੀ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਪੈਸੇ ਦੀ ਲੋੜ ਨਹੀਂ, ਤੁਸੀਂ ਵੱਧ ਤੋਂ ਵੱਧ ਜਿਹੜਾ ਹੈਗਾ ਮਟੀਰੀਅਲ ਦਿਓ। ਜਿੰਨੇ ਵੀ ਇੱਥੋਂ ਪੜ੍ਹ ਕੇ ਗਏ ਨੇ ਜਾਂ ਜਿੰਨੇ ਵੀ ਇਸ ਸਕੂਲ ਨੂੰ ਪਿਆਰ ਕਰਦੇ ਨੇ ਜਾਂ ਇਨਸਾਨੀਅਤ ਨਾਤੇ ਗਰੀਬ ਬੱਚਿਆਂ ਦਾ ਸਕੂਲ ਹੈ, ਇੱਥੇ ਵੱਧ ਤੋਂ ਵੱਧ ਜਿਹੜੀ ਹੈ ਸੇਵਾ, ਸੀਮਿੰਟ, ਸਰੀਆ, ਰੇਤਾ, ਇੱਟਾਂ ਜੋ ਵੀ ਤੁਸੀਂ ਦੇ ਸਕਦੇ ਹੋ ਜ਼ਰੂਰ ਦਵੋ। ਆਪਣਾ ਥੋੜ੍ਹਾ ਥੋੜ੍ਹਾ ਦਾਨ ਜਿਹੜਾ ਹੈਗਾ ਇਸ ਚੰਗੇ ਕਾਰਜ ਦੇ ਵਿੱਚ ਜ਼ਰੂਰ ਕਰੋ ਤਾਂ ਕਿ ਬੱਚੇ ਜਿਹੜੇ ਨੇ ਵਿੱਦਿਆ ਪ੍ਰਾਪਤ ਕਰ ਸਕਣ। ਇਹ ਉਪਰਾਲਾ ਬਹੁਤ ਵੱਡਾ ਕਿਉਂਕਿ 12 ਕਮਰੇ ਅਤੇ ਉੱਪਰ ਲੈਬਾਂ ਤਿਆਰ ਹੋਣੀਆਂ ਨੇ,
ਇਸ ਕਰਕੇ ਸਰਕਾਰ ਦੀ ਤਰਫ ਤੋਂ ਜਿਹੜਾ ਹੈਗਾ ਇਹਨਾਂ ਸਕੂਲਾਂ ਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ, ਪਰ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਉਹ ਵੀ ਇਸ ਆਪਣੇ ਕੋਈ ਅਖਤਿਆਰੀ ਫੰਡ ਵਿੱਚੋਂ ਜਿਹੜਾ ਹੈਗਾ ਇਸ ਸਕੂਲ ਨੂੰ ਜਿਹੜਾ ਹੈਗਾ ਕੁਛ ਨਾ ਕੁਛ ਮੁਹੱਈਆ ਕਰਵਾਇਆ ਜਾਏ ਰਾਸ਼ੀ ਫੰਡ। ਅਤੇ ਬਾਕੀ ਇਹ ਸੰਸਥਾ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਪੜ੍ਹ ਕੇ ਉੱਚ ਅਹੁਦਿਆਂ ਦੇ ਬਿਰਾਜਮਾਨ ਨੇ, ਔਰ ਇਸ ਸਾਲ ਕਈ ਲਗਾਤਾਰ ਹਰ ਸਾਲ ਬੱਚੇ ਸਟੇਟ ਲੈਵਲ ਤੱਕ ਇਹ ਸਕੂਲ ਦੇ ਵਿੱਚੋਂ ਖੇਡਣ ਜਾਂਦੇ ਨੇ, 60% ਇਹ ਸਕੂਲ ਦੇ ਰਿਜ਼ਲਟ ਨੇ, ਔਰ ਧਾਰਮਿਕ ਗਤੀਵਿਧੀਆਂ ਦੇ ਵਿੱਚ ਇਹ ਬੱਚੇ ਹਰ ਸਾਲ ਬਹੁਤ ਸਾਰੇ ਇਨਾਮ ਜਿਹੜੇ ਹੈਗੇ ਨੇ ਜਿੱਤਦੇ ਨੇ, ਔਰ ਗੁਰੂ ਘਰ ਦੀ ਸੇਵਾ ਕਰਦੇ ਨੇ, ਔਰ ਬੱਚਿਆਂ ਨੂੰ ਬਾਣੀ ਜਿਹੜੀ ਹੈਗੀ ਹੈ ਕੰਠ, ਔਰ 200 ਬੱਚਾ ਜਿਹੜਾ ਸਹਿਜ ਪਾਠ ਇੱਥੇ ਕਰ ਰਿਹਾ, ਔਰ ਸਵੇਰੇ ਬੱਚੇ ਆਪ ਕੀਰਤਨ ਅਰਦਾਸ ਅਤੇ ਵਾਕ ਆਪ ਬੱਚੇ ਖੁਦ ਲੈਂਦੇ ਨੇ। ਇਸ ਕਰਕੇ ਇਹ ਸੰਸਥਾ ਜਿਹੜੀ ਹੈਗੀ ਹੈ ਖਾਲਸਾ ਸਕੂਲ ਦੀ ਇਸ ਇਲਾਕੇ ਵਿੱਚ ਜਿਹੜੀ ਹੈ ਬਹੁਤ ਇਹਦਾ ਮਹੱਤਵ ਹੈ, ਔਰ ਇਹ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਹੈ, ਔਰ ਬਹੁਤ ਸਾਰੇ ਬੱਚੇ ਪੜ੍ਹ ਰਹੇ ਨੇ। ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਇਸ ਸੰਸਥਾ ਦੀ ਜਿਹੜੀ ਹੈ ਤੁਸੀਂ ਨਾਲ ਹੋ ਕੇ ਬਾਹ ਫੜੋ, ਸਾਰ ਦਿਓ, ਇਹਨੂੰ ਸਾਥ ਦਿਓ ਤਾਂ ਕਿ ਇਹ ਸਕੂਲ ਜਿਹੜਾ ਸੋਹਣਾ ਬਣ ਸਕੇ ਅਤੇ ਬੱਚਿਆਂ ਨੂੰ ਹੋਰ ਵਿੱਦਿਆ ਦੇ ਸਕੇ। ਧੰਨਵਾਦ, ਥੈਂਕ ਯੂ।